ਸਬਸਕ੍ਰਾਈਬ ਕਰੋ ਸਾਡੇ ਚੈਨਲ ਬੀਂਗ ਸਿੱਖ ਨੂੰ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਦਿਨ ਪਹਿਲਾਂ ਹੀ ਵਟਸਐਪ 'ਤੇ ਇੱਕ ਸਟੇਟਸ ਆਇਆ ਜਿਸ ਨੇ ਦਿਲ ਨੂੰ ਕੰਬਾ ਕੇ ਰੱਖ ਦਿੱਤਾ। ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ। ਕਨੇਡਾ 'ਚ PR ਹੋਇਆ ਅਜੇ ਕੁਝ ਹੀ ਸਮਾਂ ਹੋਇਆ ਸੀ। ਵਾਹਿਗੁਰੂ ਨੇ ਸੁਣ ਲਈ ਅਤੇ ਬ੍ਰੈਂਪਟਨ ਦੇ ਇੱਕ ਹੋਸਪਿਟਲ ਵਿੱਚ ਜੌਬ ਵੀ ਲੱਗ ਗਈ। ਜ਼ਿੰਦਗੀ ਬਹੁਤ ਵਧੀਆ ਬਤੀਤ ਹੋ ਰਹੀ ਸੀ। ਇੱਕ ਦਿਨ ਮੇਰੀ ਸ਼ਿਫਟ ਤੋਂ ਪਹਿਲਾਂ ਹੀ ਇੱਕ ਸਿੱਖ ਬਜ਼ੁਰਗ ਨੂੰ ਕੋਈ ਬਹੁਤ ਵਿਗੜੀ ਹਾਲਤ ਵਿੱਚ ਭਰਤੀ ਕਰਵਾ ਕੇ ਗਿਆ ਸੀ। ਰੂਟੀਨ ਚੈੱਕਅਪ ਕਰਦਿਆਂ ਪੰਜਾਬੀ ਹੋਣ ਦੇ ਨਾਤੇ ਮੈਂ ਬਾਪੂ ਜੀ ਦਾ ਹਾਲ ਚਾਲ ਪੁੱਛ ਲੈਣਾ। ਇੱਕ ਦਿਨ ਮੈਂ ਸੁਭਾਵਕ ਹੀ ਪੁੱਛਿਆ, ਬਾਪੂ ਜੀ ਪੰਜਾਬ ਤੋਂ ਕਿੱਥੋਂ ਹੋ? ਬਾਪੂ ਦੇ ਬੁੱਲ ਕੰਬਣ ਲੱਗ ਗਏ, ਅੱਖਾਂ ਸੌਣ ਵਾਂਗ ਵਰਸਣ ਲੱਗ ਗਈਆਂ ਅਤੇ ਕਹਿੰਦਾ, ਪੁੱਤ ਮੈਂ ਜਲੰਧਰ ਜ਼ਿਲ੍ਹੇ ਤੋਂ ਹਾਂ, ਭੋਗਪੁਰ ਨੇੜਿਓਂ। ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਬਾਪੂ ਜੀ ਨੇ ਮੈਨੂੰ ਪੁੱਛਿਆ, ਧੀਏ ਤੂੰ ਕਿੱਥੋਂ ਹੈ? ਮੈਂ ਕਿਹਾ, ਬਾਪੂ ਜੀ ਮੈਂ ਜ਼ਿਲ੍ਹਾ ਤਰਨ ਤਾਰਨ ਪੱਟੀ ਤੋਂ ਹਾਂ। ਉਸ ਦਿਨ ਮੈਂ ਹੋਰ ਕੁਝ ਪੁੱਛਣਾ ਵਾਜਬ ਨਾ ਸਮਝਿਆ। ਉਸ ਤਰ੍ਹਾਂ ਤਾਂ ਹੋਸਪਿਟਲ ਵਿੱਚ ਅਲਾਊਡ ਨਹੀਂ ਸੀ, ਪਰ ਫਿਰ ਵੀ ਮੈਂ ਇੱਕ ਦਿਨ ਘਰੋਂ ਤੇਲ ਲੈ ਗਈ। ਮੈਂ ਬਾਪੂ ਜੀ ਦੇ ਸਿਰ ਵਿੱਚ ਚੱਸਿਆ ਅਤੇ ਉਹਨਾਂ ਤੋਂ ਪੁੱਛਿਆ, ਬਾਪੂ ਜੀ ਤੁਹਾਨੂੰ ਕੋਈ ਮਿਲਣ ਨਹੀਂ ਆਉਂਦਾ, ਕੀ ਗੱਲ? ਪੁੱਤ ਮਿਲਣ ਤਾਂ ਕੋਈ ਤਾਂ ਆਵੇ ਜੇ ਕਿਸੇ ਕੋਲ ਵੇਲ ਹੋਵੇ। ਪੁੱਤ ਮੈਂ ਪਿੰਡ ਦਾ ਸਰਪੰਚ ਸੀ, 30 ਕਿੱਲੇ ਪੈਲੀ ਸੀ, ਸੰਡੇ ਦੇ ਸਿਰ ਵਰਗੀ, ਰੋਡ ਦੇ ਨਾਲ ਲੱਗਦੀ। ਸਾਰਾ ਪਿੰਡ ਸਰਪੰਚ ਜੀ ਕਰਦਾ ਨਹੀਂ ਸੀ ਥੱਕਦਾ। ਮੇਰੇ 3 ਬੱਚੇ ਨੇ, 2 ਗੁੱਡੀਆਂ ਅਤੇ 1 ਕਾਕਾ। 2 ਕੁੜੀਆਂ ਦੋਵੇਂ ਹੀ ਵਿਆਹੀਆਂ ਹੋਈਆਂ ਨੇ, 1 ਜਰਮਨ ਵਿੱਚ ਹੈ ਅਤੇ 1 ਇੰਗਲੈਂਡ ਵਿਆਹੀ ਹੈ, ਅਤੇ ਕਾਕਾ ਇੱਥੇ ਹੀ ਆ, ਯਾਨੀ ਕਿ ਕਨੇਡਾ। ਪਿੰਡੋਂ ਸਾਰਾ ਕੁਝ ਵੇਚ ਵੱਟ ਕੇ ਇੱਥੇ ਇਸ ਨੂੰ ਘਰ ਲੈ ਦਿੱਤਾ ਅਤੇ ਬਾਕੀ ਦਾ ਪੈਸਾ ਕਾਰੋਬਾਰ ਵਿੱਚ ਲਗਾ ਦਿੱਤਾ। ਕੁਝ ਹੀ ਦਿਨ ਬੀਤੇ ਸੀ ਅਤੇ ਜਿਵੇਂ ਵਾਹਿਗੁਰੂ ਦਾ ਭਾਣਾ, ਬਾਪੂ ਜੀ ਸਾਹ ਛੱਡ ਗਏ। ਮੈਂ ਫਾਈਲ 'ਚੋਂ ਨੰਬਰ ਕੱਢਿਆ ਅਤੇ ਫੋਨ ਕੀਤਾ। ਕਾਫੀ ਵਾਰ ਟਰਾਈ ਕਰਨ 'ਤੇ ਵੀ ਕਿਸੇ ਨੇ ਫੋਨ ਨਾ ਚੁੱਕਿਆ। ਆਖਿਰ ਫੋਨ ਚੁੱਕਿਆ ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਬਾਪੂ ਜੀ ਨਹੀਂ ਰਹੇ, ਆ ਕੇ ਡੈੱਡ ਬੋਡੀ ਲੈ ਜਾਓ। ਅੱਗੋਂ ਜਵਾਬ ਆਇਆ, ਅਸੀਂ ਅੱਜ ਪਾਰਟੀ 'ਤੇ ਚੱਲੇ ਹਾਂ, ਸਾਡੇ ਕੋਲ ਟਾਈਮ ਹੈ ਨਹੀਂ, ਸਵੇਰੇ ਆ ਕੇ ਲੈ ਜਾਂਗੇ। ਮੈਂ ਬਹੁਤ ਜ਼ੋਰ ਲਾਇਆ, ਮੈਂ ਵੀ ਘਰ ਜਾਣਾ ਸੀ, ਮੇਰੇ ਵੀ ਛੋਟੇ ਛੋਟੇ ਬੱਚੇ ਸੀ। ਅਸਲ 'ਚ ਹਸਪਤਾਲ ਦਾ ਰੂਲ ਸੀ ਕਿ ਜਿਸ ਦੀ ਵੀ ਸ਼ਿਫਟ ਵਿੱਚ ਡੈੱਥ ਹੋਈ ਹੋਵੇ, ਡੈੱਡ ਬੋਡੀ ਦੀ ਜ਼ਿੰਮੇਵਾਰੀ ਉਸੇ ਦੀ ਹੈ। ਮੈਂ ਸਾਰੀ ਰਾਤ ਫੋਨ ਟਰਾਈ ਕਰਦੀ ਰਹੀ। ਆਖਿਰ ਰਾਤ ਦੇ 1:30 ਵਜੇ ਇੱਕ ਬੱਚੇ ਨੇ ਫੋਨ ਚੱਕਿਆ ਤਾਂ ਉਸਨੇ ਕਿਹਾ, ਪਾਪਾ ਨੇ ਜ਼ਿਆਦਾ ਡਰਿੰਕ ਕਰ ਲਈ ਹੈ, ਉਹ ਹੁਣ ਸਵੇਰੇ ਗੱਲ ਕਰਨਗੇ। ਇੰਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਮੈਂ ਸਾਰੀ ਰਾਤ ਜਾਗਦੀ ਰਹੀ। ਸਵੇਰੇ ਫਿਰ ਮੈਂ ਫੋਨ ਟਰਾਈ ਕੀਤਾ ਤਾਂ ਫੋਨ ਚੁੱਕਿਆ ਤਾਂ ਕਹਿੰਦੇ, ਡੈੱਡ ਬੋਡੀ ਕਿਸੇ ਮੈਡੀਕਲ ਰਿਸਰਚ ਕਾਲਜ ਨੂੰ ਦੇ ਦੇਵੋ। ਮੇਰੀ ਤਾਂ ਜਿਵੇਂ ਸੁਣ ਕੇ ਭੁੱਬ ਹੀ ਨਿਕਲ ਗਈ ਕਿ ਬਾਪੂ ਤਾਂ ਕਹਿੰਦਾ ਸੀ ਮੈਨੂੰ ਪਿੰਡ 'ਚ ਸਰਪੰਚ ਜੀ ਕਹਿੰਦੇ ਨਹੀਂ ਥੱਕਦੇ, ਅਤੇ ਹੁਣ ਉਸਦਾ ਕੋਈ ਵੀ ਆਪਣਾ ਨਹੀਂ ਜੋ ਮਾਣ ਸਤਿਕਾਰ ਨਾਲ ਉਸਦਾ ਸੰਸਕਾਰ ਕਰ ਸਕੇ। ਅਸਲ ਵਿੱਚ ਇਹ ਇੱਕ ਸੱਚੀ ਕਹਾਣੀ ਹੈ ਜੋ ਭੈਣ ਨਵਰੂਪ ਕੌਰ ਜੀ ਦੇ ਨਾਲ ਬੀਤੀ ਹੈ। ਕਨੇਡਾ ਦੌਰੇ ਦੌਰਾਨ ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਜੀ ਇਸ ਨੂੰ ਕਹਾਣੀ ਦਾ ਰੂਪ ਦੇ ਕੇ ਤੁਸੀਂ ਜ਼ਰੂਰ ਲਿਖਿਓ। ਕਨੇਡਾ ਅਕਸਰ ਜਾਂਦਿਆਂ ਬਹੁਤ ਸਾਰੇ ਮਾਪਿਆਂ ਨੂੰ ਇਸ ਤਰ੍ਹਾਂ ਹੀ ਦੇਖੀਦਾ ਹੈ, ਪੈਨਸ਼ਨ ਆਉਣੀ ਉਹ ਵੀ ਪੁੱਤ ਨੇ ਲੈ ਲੈਣੀ, ਅਤੇ ਮਾਂ ਬਾਪ ਨੇ ਸਾਰਾ ਦਿਨ ਗੁਰਦੁਆਰੇ ਬੈਠ ਕੇ ਪੰਜਾਬ ਨੂੰ ਚੇਤੇ ਕਰਦੇ ਰਹਿਣਾ ਅਤੇ ਕਈ ਵਾਰੀ ਰੋ ਵੀ ਪੈਣਾ। ਬਹੁਤੇ ਮਾਪਿਆਂ ਦਾ ਇਹੀ ਹਾਲ ਹੈ। ਹਾਂ, ਕੁਝ ਕੁ ਚੰਗੇ ਵੀ ਨੇ, ਪਰ ਜ਼ਿਆਦਾਤਰ ਇਹੀ ਹਾਲ ਹੈ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ, ਅਤੇ ਜੇ ਤੁਸੀਂ ਹਾਲੇ ਤੱਕ ਸਾਡਾ ਚੈਨਲ ਬੀਂਗ ਸਿੱਖ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।